ਆਨਲਾਈਨ ਅਤੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ, ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਕਰ ਦਿਉ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਆਪਾਂ ਲੈਕਚਰਰ ਕੈਡਰ 2016 ਦਾ ਪੇਪਰ, ਪੰਜਾਬੀ ਲੈਕਚਰਰ ਕੈਡਰ 2016 ਦਾ ਪੇਪਰ ਡਿਸਕਸ ਕਰਨ ਵਾਲੇ ਹਾਂ, ਜਿਸ ਦੇ ਵਿੱਚ ਅੱਜ ਪਹਿਲੇ ਭਾਗ ਦੇ ਵਿੱਚ ਇੱਕ ਨੰਬਰ ਤੋਂ ਲੈ ਕੇ 50 ਨੰਬਰ ਕੁਐਸਚਨ ਤੱਕ ਡਿਸਕਸ ਕਰਾਂਗੇ, ਬਾਕੀ ਰਹਿੰਦਾ ਪੇਪਰ ਅਗਲੇ ਦੋ ਭਾਗਾਂ ਦੇ ਵਿੱਚ ਕਵਰ ਕਰਾਂਗੇ। ਸੋ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਸ਼ੇਅਰ ਕਰ ਦਿਉ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰਾਮ ਗਰੁੱਪ, ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਦੇ ਲਈ ਐਟ ਪੰਜਾਬੀ ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ, ਸਕੂਲ ਕੰਟੈਂਟ ਦੇ ਲਈ ਐਟ RK ਔਨਲਾਈਨ ਸਕੂਲ ਗਰੁੱਪ ਜੁਆਇਨ ਕੀਤਾ ਜਾਵੇ, ETT ਪੇਪਰ A&B ਦੇ ਲਈ ਐਟ ETT ਪੇਪਰ A&B ਇਸ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਇਸ ਤੋਂ ਇਲਾਵਾ SS ਮਾਸਟਰ ਕੈਡਰ ਦੀ ਤਿਆਰੀ ਦੇ ਲਈ ਐਟ SS ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ, ਆਪਣੀ ਲੋੜ ਦੇ ਅਨੁਸਾਰ ਗਰੁੱਪ ਤੁਸੀਂ ਜੁਆਇਨ ਕਰ ਸਕਦੇ ਹੋ। ਆਡੀਓ ਵੀਡੀਓ ਦੀ ਕਨਫਰਮੇਸ਼ਨ ਦਿੱਤੀ ਜਾਵੇ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ, ਅਤੇ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ। ਆਡੀਓ ਵੀਡੀਓ ਕਨਫਰਮ ਜ਼ਰੂਰ ਕਰਵਾਓ ਜੀ। ਹਾਂਜੀ, ਸਪੀਡ ਨਾਲ ਤੁਹਾਡੇ ਆਨਸਰ ਆਉਣੇ ਚਾਹੀਦੇ ਆ। ਪ੍ਰਸ਼ਨ ਨੰਬਰ 1 ਹੈ ਜੀ, ਸੂਫੀ ਸ਼ਬਦ ਕਿਸ ਤੋਂ ਬਣਿਆ ਹੈ? ਆਪਸ਼ਨ ਏ ਸੂਫ, ਬੀ ਅਫਲਾਤੂਨ, ਸੀ ਸੂਫੀ ਮਤ, ਡੀ ਉਪਰੋਕਤ ਕੋਈ ਨਹੀਂ। ਪ੍ਰਸ਼ਨ ਨੰਬਰ 1 ਦੇ ਲਈ ਆਨਸਰ ਕਰੋ ਜੀ। ਪ੍ਰਸ਼ਨ ਨੰਬਰ 1 ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਸੂਫੀ ਸ਼ਬਦ ਕਿਸ ਤੋਂ ਬਣਿਆ ਹੈ? ਹਾਂਜੀ, ਪ੍ਰਸ਼ਨ ਨੰਬਰ 1 ਦੇ ਲਈ ਫਟਾਫਟ ਆਨਸਰ ਕਰਿਆ ਜਾਵੇ ਜੀ, ਸੂਫੀ ਸ਼ਬਦ ਕਿਸ ਤੋਂ ਬਣਿਆ ਹੈ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਜੀ ਸਭ ਨੂੰ। ਠੀਕ ਆ ਜੀ, ਜਿਹੜੇ ਵੀ ਸੂਫ ਆਨਸਰ ਕਰ ਰਹੇ ਨੇ, ਹਾਂਜੀ, ਜਿਨ੍ਹਾਂ ਦਾ ਵੀ ਆਨਸਰ ਸੂਫ ਆ ਰਿਹਾ, ਆਪਸ਼ਨ ਏ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ, ਬੁੱਲੇ ਸ਼ਾਹ ਦਾ ਸੰਬੰਧ ਕਿਸ ਧਾਰਾ ਨਾਲ ਹੈ? ਆਪਸ਼ਨ ਏ ਗੁਰਮਤ, ਬੀ ਸੂਫੀ, ਸੀ ਅਧਿਆਤਮਕ ਅਤੇ ਡੀ ਭਗਤੀ। ਕੁਐਸਚਨ ਨੰਬਰ 2 ਦੇ ਲਈ ਕੁਰੈਕਟ ਆਨਸਰ ਕਰੋ ਜੀ, ਬੁੱਲੇ ਸ਼ਾਹ ਦਾ ਸੰਬੰਧ ਕਿਸ ਧਾਰਾ ਦੇ ਨਾਲ ਹੈ? ਸਹੀ ਉੱਤਰ ਕੁਐਸਚਨ ਨੰਬਰ 2 ਦੇ ਲਈ ਕਰਿਆ ਜਾਵੇ, ਬੁੱਲੇ ਸ਼ਾਹ ਦਾ ਸੰਬੰਧ ਹੈ ਜੀ ਸੂਫੀ ਧਾਰਾ ਦੇ ਨਾਲ। ਸੋ ਜਿਹੜੇ ਵੀ ਆਨਸਰ ਬੀ ਕਰ ਰਹੇ ਨੇ, 2 ਨੰਬਰ ਦੇ ਲਈ ਬਿਲਕੁਲ ਸਹੀ ਉੱਤਰ। ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ, 3 ਨੰਬਰ ਏ ਸੁਲਤਾਨ ਬਾਹੂ ਨੇ ਕਿਸ ਕਾਵਿ ਰੂਪ ਵਿੱਚ ਰਚਨਾ ਕੀਤੀ? ਆਪਸ਼ਨ ਏ ਸਿਹਰਤੀਆਂ, ਬੀ ਦੋਹੜੇ, ਸੀ ਬੈਂਤ, ਡੀ ਕਾਫੀਆਂ। ਪ੍ਰਸ਼ਨ ਨੰਬਰ 3 ਦਾ ਆਂਸਰ ਕਰਿਆ ਜਾਵੇ, ਹਾਂਜੀ, ਸੁਲਤਾਨ ਬਾਹੂ ਨੇ ਕਿਸ ਕਾਵਿ ਰੂਪ ਵਿੱਚ ਰਚਨਾ ਕੀਤੀ? ਬਿਲਕੁਲ ਸਹੀ ਹੈ, ਸਿਹਰਤੀਆਂ, ਆਪਸ਼ਨ ਏ ਸਿਹਰਤੀਆਂ ਦੇ ਵਿੱਚ ਰਚਨਾ ਕੀਤੀ। ਕੁਐਸਚਨ ਨੰਬਰ 4, ਵਾਰ ਲਿਖੀ ਜਾਂਦੀ ਹੈ? ਆਪਸ਼ਨ ਏ ਪੌੜੀਆਂ ਵਿੱਚ, ਬੀ ਸਲੋਕਾਂ ਵਿੱਚ, ਸੀ ਅਸ਼ਟਪਦੀਆਂ ਵਿੱਚ, ਡੀ ਉਪਰੋਕਤ ਸਾਰੇ ਠੀਕ ਹਨ। ਕੁਐਸਚਨ ਨੰਬਰ 4 ਲਈ ਆਨਸਰ ਕਰੋ, ਵਾਰ ਕਿਸ ਵਿੱਚ ਲਿਖੀ ਜਾਂਦੀ ਹੈ? ਹਾਂਜੀ, 4 ਨੰਬਰ ਦੇ ਲਈ ਬਿਲਕੁਲ ਠੀਕ ਆ, ਪੌੜੀਆਂ ਦੇ ਵਿੱਚ ਵਾਰ ਲਿਖੀ ਜਾਂਦੀ ਹੈ, ਪੌੜੀਆਂ ਦੇ ਵਿੱਚ। ਕੁਐਸਚਨ ਨੰਬਰ 5, ਪੰਜਾਬੀ ਵਿੱਚ ਸਭ ਤੋਂ ਵੱਧ ਕਿੱਸੇ ਕਿਸਨੇ ਲਿਖੇ? ਆਪਸ਼ਨ ਏ ਕਾਦਰ ਯਾਰ, ਬੀ ਅਹਿਮਦ ਯਾਰ, ਸੀ ਇਮਾਮ ਬਖਸ਼, ਡੀ ਫਜ਼ਲ ਸ਼ਾਹ। ਪ੍ਰਸ਼ਨ ਨੰਬਰ 5 ਲਈ ਉੱਤਰ ਚੁਣੋ ਜੀ, ਪੰਜਾਬੀ ਦੇ ਵਿੱਚ ਸਭ ਤੋਂ ਵੱਧ ਕਿੱਸੇ ਕਿਸਨੇ ਲਿਖੇ ਹਨ? ਹਾਂਜੀ, ਸਭ ਤੋਂ ਵਧੇਰੇ ਕਿੱਸੇ ਅਹਿਮਦ ਯਾਰ ਦੁਆਰਾ ਲਿਖੇ ਗਏ ਆ, ਆਪਸ਼ਨ ਬੀ ਹੈ ਬਿਲਕੁਲ ਠੀਕ। ਕੁਐਸਚਨ ਨੰਬਰ 6, ਸ਼ਾਹ ਹੁਸੈਨ ਦਾ ਸੰਬੰਧ ਕਿਸ ਸੂਫੀ ਸੰਪਰਦਾ ਨਾਲ ਹੈ? ਆਪਸ਼ਨ ਏ ਚਿਸ਼ਤੀ, ਬੀ ਮਲਾਮਤੀ, ਸੀ ਨਕਸ਼ਬੰਦੀ, ਡੀ ਸੋਹਰਾਵਰਦੀ। ਕੁਐਸਚਨ ਨੰਬਰ 6 ਲਈ ਆਨਸਰ ਕਰੋ, ਸ਼ਾਹ ਹੁਸੈਨ ਦਾ ਸੰਬੰਧ ਕਿਸ
ਸੂਫੀ ਸੰਪਰਦਾ ਦੇ ਨਾਲ ਹੈ। ਸਹੀ ਉੱਤਰ ਕੁਸ਼ਚਨ ਨੰਬਰ 6 ਦੇ ਲਈ ਚੁਣੋ। 6 ਲਈ ਜਿਨ੍ਹਾਂ ਦਾ ਬੀ ਆਪਸ਼ਨ ਆ ਰਿਹਾ, ਬਿਲਕੁਲ ਠੀਕ ਹੈ ਜੀ, ਮਲਾਮਤੀ ਦੇ ਨਾਲ। ਕੁਸ਼ਚਨ ਨੰਬਰ 7, ਹਮਦ ਦਾ ਸੰਬੰਧ ਹੈ, ਹਮਦ ਦਾ ਸੰਬੰਧ ਕਿਸ ਨਾਲ ਹੈ? ਆਪਸ਼ਨ ਏ ਰਸੂਲ ਨਾਲ, ਬੀ ਹਜ਼ਰਤ ਅਲੀ ਨਾਲ, ਸੀ ਇਮਾਮ ਹੁਸੈਨ ਨਾਲ ਅਤੇ ਡੀ ਖੁਦਾ ਨਾਲ। ਕੁਸ਼ਚਨ ਨੰਬਰ 7 ਦੇ ਲਈ ਉੱਤਰ ਚੁਣੋ ਜੀ। 7 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਬਿਲਕੁਲ ਠੀਕ ਹੈ ਜੀ। ਜਿਹੜੇ ਵੀ 7 ਨੰਬਰ ਦੇ ਲਈ ਆਂਸਰ ਕਰ ਰਹੇ ਨੇ, ਆਪਸ਼ਨ ਡੀ ਖੁਦਾ ਦੇ ਨਾਲ। ਕੁਸ਼ਚਨ ਨੰਬਰ 8, 8 ਨੰਬਰ, ਇਹ ਦਮੋਦਰ ਦਾ ਸੰਬੰਧ ਕਿਸ ਕਾਵਤਾਰਾ ਨਾਲ ਹੈ? ਬਹੁਤ ਹੀ ਸੌਖਾ ਕੁਸ਼ਚਨ, ਆਪਸ਼ਨ ਹੈ ਬੀਰ ਕਾਵਤਾਰਾ, ਬੀ ਸੂਫੀ ਕਿੱਸਾ ਕਾਵਤਾਰਾ, ਸੀ ਕਿੱਸਾ ਕਾਵਤਾਰਾ ਅਤੇ ਡੀ ਗੁਰਮਤ ਕਾਵਤਾਰਾ। 8 ਨੰਬਰ ਲਈ ਆਂਸਰ ਕਰੋ ਜੀ, ਕੁਸ਼ਚਨ ਨੰਬਰ 8, 8 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ, ਕਿੱਸਾ ਕਾਵਤਾਰਾ ਦੇ ਨਾਲ ਸੰਬੰਧ ਹੈ ਦਮੋਦਰ ਦਾ, ਬਿਲਕੁਲ ਠੀਕ ਹੈ। ਕੁਸ਼ਚਨ ਨੰਬਰ 8 ਦੇ ਲਈ ਸੀ ਆਪਸ਼ਨ। 9 ਨੰਬਰ ਕੁਸ਼ਚਨ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਵਾਰ ਦੀ ਰਚਨਾ ਕੀਤੀ? ਆਪਸ਼ਨ ਏ ਆਸਾ ਦੀ ਵਾਰ, ਬੀ ਚੱਠਿਆਂ ਦੀ ਵਾਰ, ਸੀ ਚੰਡੀ ਦੀ ਵਾਰ ਅਤੇ ਡੀ ਨਾਦਰ ਸ਼ਾਹ ਦੀ ਵਾਰ। ਕੁਸ਼ਚਨ ਨੰਬਰ 9 ਲਈ ਆਂਸਰ ਚੁਣੋ। ਸਪੈਲਿੰਗ ਚੰਡੀ ਦੀ ਵਾਰ ਦੇ ਵਿੱਚ ਗਲਤ ਹੋ ਗਈ ਹੈ, ਡੀ ਦੀ। ਚਲੋ ਜੀ, ਕਰੋ ਆਂਸਰ, ਇਹੀ ਉੱਤਰ ਹੈ, ਬਿਲਕੁਲ ਸਹੀ ਉੱਤਰ ਹੈ। ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਨੇ। ਕੁਸ਼ਚਨ ਨੰਬਰ 10 ਦੇ ਵਲਵਾਦਿਆਂ, 10 ਨੰਬਰ, ਏ ਕਿਹੜੀ ਵਾਰ ਪਹਿਲਾਂ ਲਿਖੀ ਗਈ? ਆਪਸ਼ਨ ਏ ਨਜਾਵਤ ਰਚਿਤ ਵਾਰ ਨਾਦਰ ਸ਼ਾਹ, ਬੀ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ, ਸੀ ਵਾਰ ਸ਼੍ਰੀ ਭਗਵਤੀ ਜੀ ਭਗਵਤੀ ਕੀ ਪਾਤਸ਼ਾਹੀ ਦਾ, ਅਤੇ ਡੀ ਅਗਰਾ ਰਚਿਤ ਵਾਰ ਹਕੀਕਤ ਰਾਏ। ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਚੁਣੋ ਜੀ, 10 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਕਿਹੜੀ ਵਾਰ ਸਭ ਤੋਂ ਪਹਿਲਾਂ ਲਿਖੀ ਗਈ ਵਾਰ? ਹਾਂਜੀ, ਸਭ ਤੋਂ ਪਹਿਲਾਂ ਵਾਰ ਸ਼੍ਰੀ ਭਗਵਤੀ ਕੀ ਪਾਤਸ਼ਾਹੀ ਦਾਸ, ਬਿਲਕੁਲ ਠੀਕ ਹੈ ਜੀ, ਆਪਸ਼ਨ ਸੀ। ਕੁਸ਼ਚਨ ਨੰਬਰ 11, ਹੇਠ ਲਿਖਿਆਂ ਵਿੱਚੋਂ ਕਿਹੜਾ ਕਿੱਸਾ ਸੱਸੀ ਪੁੰਨੂ ਦਾ ਕਿੱਸਾਕਾਰ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਸੱਸੀ ਪੁੰਨੂ ਦਾ ਕਿੱਸਾਕਾਰ ਨਹੀਂ ਹੈ? ਆਪਸ਼ਨ ਏ ਹਾਫਿਜ਼ ਬਰਖੁਰਦਾਰ, ਬੀ ਹਾਸ਼ਮ, ਸੀ ਅਹਿਮਦ ਯਾਰ ਅਤੇ ਡੀ ਪੀਲੂ। ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਚੁਣੋ ਜੀ। ਹਾਂਜੀ, 11 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ, ਕਿਹੜਾ ਕਿੱਸਾਕਾਰ ਸੱਸੀ ਪੁੰਨੂ ਦਾ ਕਿੱਸਾਕਾਰ ਨਹੀਂ ਹੈ ਜੀ? ਪ੍ਰਸ਼ਨ ਨੰਬਰ 11 ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ, ਆਪਸ਼ਨ ਡੀ ਪੀਲੂ, ਬਿਲਕੁਲ ਠੀਕ ਹੈ। ਬਾਕੀ ਨੋਟ ਕਰਨ, ਕੁਸ਼ਚਨ ਨੰਬਰ 11 ਤੋਂ ਬਾਅਦ 12 ਵੱਲ ਵੱਧਦੇ ਹਾਂ। ਹਸਨੇ ਮਹਿਮੇ ਦੀ ਵਾਰ ਕਿਸ ਕਾਲ ਦੀ ਹੈ? ਆਪਸ਼ਨ ਏ ਗੁਰੂ ਨਾਨਕ ਕਾਲ, ਬੀ ਉੱਤਰ ਗੁਰੂ ਨਾਨਕ ਕਾਲ, ਸੀ ਪੂਰਵ ਨਾਨਕ ਕਾਲ ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਪ੍ਰਸ਼ਨ ਨੰਬਰ 12 ਦੇ ਲਈ ਆਂਸਰ ਚੁਣੋ, 12 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਸਨੇ ਮਹਿਮੇ ਦੀ ਵਾਰ ਕਿਸ ਕਾਲ ਦੀ ਹੈ? ਹਾਂਜੀ, ਹਸਨੇ ਮਹਿਮੇ ਦੀ ਵਾਰ ਹੈ ਜੀ ਪੂਰਵ ਨਾਨਕ ਕਾਲ ਦੀ ਵਾਰ। ਸੋ ਜਿਹੜੇ ਵੀ ਆਪਸ਼ਨ ਸੀ ਦੇ ਨਾਲ ਜਾ ਰਹੇ ਨੇ, ਬਿਲਕੁਲ ਠੀਕ। ਕੁਸ਼ਚਨ ਨੰਬਰ 13 ਦੇ ਵੱਲ ਵੱਧਦੇ ਹਾਂ। ਕਿਸ ਸੂਫੀ ਸ਼ਾਇਰ ਦਾ ਜੀਵਨ ਕਾਲ 1539 ਈਸਵੀ ਤੋਂ 1593 ਈਸਵੀ? ਆਪਸ਼ਨ ਏ ਬੁੱਲੇ ਸ਼ਾਹ, ਬੀ ਸੁਲਤਾਨ ਬਾਹੂ, ਸੀ ਸ਼ਾਹ ਹੁਸੈਨ ਅਤੇ ਡੀ ਸ਼ਾਹ ਸਰਫ ਬਟਾਲਵੀ। ਕੁਸ਼ਚਨ ਨੰਬਰ 13 ਦੇ ਲਈ ਆਂਸਰ ਕਰੋ। ਇਸ ਦੇ ਲਈ ਆਪਾਂ ਡਿਸਕਸ਼ਨ ਸ਼ਾਇਦ ਕੱਲ੍ਹ ਜਾਂ ਪਿਛਲੇ ਪੇਪਰ ਦੇ ਵਿੱਚ ਇੱਕ ਵਾਰ ਜ਼ਰੂਰ ਹੋਇਆ ਹੈ। ਕਰੋ ਜੀ ਆਂਸਰ। ਹਾਂਜੀ, ਜਿਹੜੇ ਵੀ ਆਂਸਰ ਕਰ ਰਹੇ ਨੇ, ਸ਼ਾਹ ਹੁਸੈਨ, ਬਿਲਕੁਲ ਠੀਕ। ਬਾਕੀ ਨੋਟ ਕਰਨ ਜੀ। ਕੁਸ਼ਚਨ ਨੰਬਰ 14 ਦੇ ਵੱਲ ਵੱਧਦੇ ਹਾਂ ਜੀ। 14 ਨੰਬਰ, ਏ ਲੈਲਾ ਮਜਨੂੰ ਆਸ਼ਕੀ ਚਾਂ ਚੱਕੀ ਜਾਤੀ ਸੋਰਠ ਬੀਜਾ ਗਾਵੀਆ ਜਸੋੜਾ ਵਾਤੀ, ਕਿਸ ਮਹਾਂਕਵੀ ਦੀਆਂ ਕਾਵਿ ਤੁੱਕਾਂ ਨੇ? ਆਪਸ਼ਨ ਏ ਵਾਰਿਸ ਸ਼ਾਹ, ਬੀ ਭਾਈ ਗੁਰਦਾਸ, ਸੀ ਦਮੋਦਰ ਅਤੇ ਡੀ ਭਾਈ ਵੀਰ ਸਿੰਘ। ਕੁਸ਼ਚਨ ਨੰਬਰ 14 ਦੇ ਲਈ ਕੁਰੈਕਟ ਆਂਸਰ ਚੁਣੋ ਜੀ।
ਕਿਸ ਦੀਆਂ 17 ਨੇ 14 ਨੰਬਰ ਲਈ ਕਰੈਕਟ ਆਨਸਰ ਚੁਣਿਆ ਜਾਵੇ? ਇਹ 17 ਭਾਈ ਗੁਰਦਾਸ ਜੀ ਦੀਆਂ ਨੇ, ਆਪਸ਼ਨ ਬੀ ਹੋਵੇਗਾ ਕਰੈਕਟ ਆਨਸਰ। ਕੁਸ਼ਚਨ ਨੰਬਰ 15 ਦੇ ਵੱਲ ਵੱਧਦੇ ਹਾਂ। ਵਾਰਿਸ ਸ਼ਾਹ ਨੇ ਆਪਣੇ ਕਿੱਸੇ ਹੀਰ ਰਾਂਝੇ ਦੇ ਮੁੱਢਲੇ ਭਾਗ ਵਿੱਚ ਆਪਣਾ ਪ੍ਰੇਰਨਾ ਸਰੋਤ ਦੱਸਿਆ ਹੈ, ਕਿਸ ਨੂੰ ਪ੍ਰੇਰਨਾ ਸਰੋਤ ਦੱਸਿਆ ਹੈ? ਆਪਸ਼ਨ ਏ ਰੱਬੀ ਬਖਸ਼ਿਸ਼, ਬੀ ਯਾਰਾਂ ਦੀ ਫਰਮਾਇਸ਼, ਸੀ ਮੁੱਖ ਪਾਤਰਾਂ ਦਾ ਸੁਪਨੇ ਵਿੱਚ ਆ ਕੇ ਪ੍ਰੇਰਿਤ ਕਰਨਾ, ਅਤੇ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ। ਕੁਸ਼ਚਨ ਨੰਬਰ 15 ਲਈ ਕਰੈਕਟ ਆਨਸਰ ਕਰਿਆ ਜਾਵੇ ਜੀ। ਹਾਂਜੀ, ਸਹੀ ਉੱਤਰ 15 ਨੰਬਰ ਲਈ ਕੀ ਹੋਵੇਗਾ? ਜਿਨ੍ਹਾਂ ਦਾ ਵੀ ਆਨਸਰ ਆ ਰਿਹਾ 15 ਨੰਬਰ ਦੇ ਲਈ, ਆਪਸ਼ਨ ਬੀ ਯਾਰਾਂ ਦੀ ਫਰਮਾਇਸ਼, ਬਿਲਕੁਲ ਠੀਕ ਹੈ ਜੀ। ਯਾਰਾਂ ਦੀ ਫਰਮਾਇਸ਼ 'ਤੇ ਲਿਖਿਆ ਗਿਆ ਇਹ ਕਿੱਸਾ। ਕੁਸ਼ਚਨ ਨੰਬਰ 16, ਜੰਗਨਾਮੇ ਵਿੱਚ ਇਕੱਠੇ ਚੱਲਦੇ ਹਨ। ਆਪਸ਼ਨ ਏ ਸਾਹਿਤ ਅਤੇ ਰਸ, ਬੀ ਸਾਹਿਤ ਅਤੇ ਯਥਾਰਥ, ਸੀ ਸਾਹਿਤ ਅਤੇ ਪ੍ਰਕਿਰਤੀ, ਡੀ ਸਾਹਿਤ ਅਤੇ ਇਤਿਹਾਸ। ਕੁਸ਼ਚਨ ਨੰਬਰ 16 ਲਈ ਆਨਸਰ ਕਰੋ ਜੀ। 16 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਪ੍ਰਸ਼ਨ ਨੰਬਰ 16 ਦਾ ਸਹੀ ਉੱਤਰ ਚੁਣੋ ਜੀ। ਹਾਂਜੀ, 16 ਦੇ ਲਈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਹੈ, ਸਾਹਿਤ ਅਤੇ ਇਤਿਹਾਸ ਦੋਵੇਂ ਇਕੱਠੇ ਚੱਲਦੇ ਹਨ, ਬਿਲਕੁਲ ਠੀਕ ਹੈ, ਡੀ ਆਪਸ਼ਨ। 17 ਨੰਬਰ ਕੁਸ਼ਚਨ ਹੈ, ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ। ਆਪਸ਼ਨ ਏ 30 ਰਾਗਾਂ ਵਿੱਚ, ਬੀ 17 ਰਾਗਾਂ ਵਿੱਚ, ਡੀ ਸੀ 19 ਰਾਗਾਂ ਵਿੱਚ, ਡੀ 31 ਰਾਗਾਂ ਵਿੱਚ। ਕੁਸ਼ਚਨ ਨੰਬਰ 17 ਦੇ ਲਈ ਆਨਸਰ ਕਰੋ ਜੀ। 17 ਨੰਬਰ ਕੁਸ਼ਚਨ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ। ਹਾਂਜੀ, 17 ਦੇ ਲਈ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਜੀ 19 ਰਾਗਾਂ ਦੇ ਵਿੱਚ, ਬਿਲਕੁਲ ਠੀਕ ਹੈ। ਕੁਸ਼ਚਨ ਨੰਬਰ 17 ਦੇ ਲਈ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਦੇ ਵਿੱਚ ਬਾਣੀ ਰਚੀ। ਕੁਸ਼ਚਨ ਨੰਬਰ 18, ਗੁਰਮਤਿ ਕਾਵਿ ਸਿਧਾਂਤ ਅਤੇ ਵਿਹਾਰ ਪੁਸਤਕ ਦਾ ਕਰਤਾ ਹੈ। ਆਪਸ਼ਨ ਏ ਜਗਬੀਰ ਸਿੰਘ, ਬੀ ਡਾਕਟਰ ਤਾਰਨ ਸਿੰਘ, ਸੀ ਡਾਕਟਰ ਹਰਭਜਨ ਸਿੰਘ, ਡੀ ਪ੍ਰਿੰਸੀਪਲ ਜੋਧ ਸਿੰਘ। ਪ੍ਰਸ਼ਨ ਨੰਬਰ 18 ਲਈ ਆਨਸਰ ਕਰੋ। ਗੁਰਮਤਿ ਕਾਵਿ ਸਿਧਾਂਤ ਅਤੇ ਵਿਹਾਰ ਪੁਸਤਕ ਦਾ ਕਰਤਾ ਕਿਸ ਦੀ ਲਿਖੀ ਹੋਈ ਹੈ ਇਹ ਪੁਸਤਕ? ਕੁਸ਼ਚਨ ਨੰਬਰ 18 ਦੇ ਲਈ ਆਨਸਰ ਕਰੋ ਜੀ। ਹਾਂਜੀ, ਬਿਲਕੁਲ ਠੀਕ ਹੈ ਜੀ, ਜਗਬੀਰ ਸਿੰਘ ਜਿਨ੍ਹਾਂ ਦਾ ਆਨਸਰ ਆਇਆ ਹੈ ਆਪਸ਼ਨ ਏ, ਜਗਬੀਰ ਸਿੰਘ ਦੀ ਇਹ ਰਚਨਾ ਹੈ। ਕੁਸ਼ਚਨ ਨੰਬਰ 19, ਗੁਰੂ ਰਾਮਦਾਸ ਜੀ ਨੇ ਘੋੜੀਆਂ ਦੀ ਰਚਨਾ ਕੀਤੀ। ਆਪਸ਼ਨ ਏ ਆਸਾ ਰਾਗ ਵਿੱਚ, ਬੀ ਤੁਖਾਰੀ ਰਾਗ ਵਿੱਚ, ਸੀ ਧਨਾਸਰੀ ਰਾਗ ਵਿੱਚ, ਅਤੇ ਡੀ ਵਡਹਾਂਸ ਰਾਗ ਵਿੱਚ। ਕੁਸ਼ਚਨ ਨੰਬਰ 19 ਦੇ ਲਈ ਆਨਸਰ ਕਰੋ ਜੀ। ਹਾਂਜੀ, ਘੋੜੀਆਂ ਦੀ ਰਚਨਾ ਕਿਸ ਰਾਗ ਦੇ ਵਿੱਚ ਹੈ? ਕਰੋ ਜੀ ਆਨਸਰ ਕੁਸ਼ਚਨ ਨੰਬਰ 19 ਦੇ ਲਈ ਜੀ। ਬਿਲਕੁਲ ਠੀਕ ਹੈ, ਜਿਹੜੇ ਵੀ ਆਨਸਰ ਕਰ ਰਹੇ ਨੇ ਆਪਸ਼ਨ ਡੀ ਵਡਹਾਂਸ ਰਾਗ ਦੇ ਵਿੱਚ 19 ਨੰਬਰ ਦੇ ਲਈ। ਕੁਸ਼ਚਨ ਨੰਬਰ 20 ਦੇ ਵੱਲ ਵੱਧਦੇ ਹਾਂ ਜੀ। 20 ਨੰਬਰ, ਜਪਜੀ ਕਿਸ ਗੁਰੂ ਸਾਹਿਬ ਦੀ ਰਚਨਾ ਹੈ? ਆਪਸ਼ਨ ਏ ਗੁਰੂ ਰਾਮਦਾਸ ਜੀ, ਬੀ ਗੁਰੂ ਅਮਰਦਾਸ ਜੀ, ਸੀ ਗੁਰੂ ਅਰਜਨ ਦੇਵ ਜੀ, ਡੀ ਗੁਰੂ ਨਾਨਕ ਦੇਵ ਜੀ। ਪ੍ਰਸ਼ਨ ਨੰਬਰ 20 ਦੇ ਲਈ ਸਹੀ ਉੱਤਰ ਚੁਣੋ ਜੀ। ਹਾਂਜੀ, ਕੁਸ਼ਚਨ ਨੰਬਰ 20 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਜਪਜੀ ਕਿਸ ਗੁਰੂ ਸਾਹਿਬ ਦੀ ਰਚਨਾ ਹੈ 20 ਨੰਬਰ ਦੇ ਲਈ, ਜਿਨ੍ਹਾਂ ਦਾ ਵੀ ਆਨਸਰ ਆਪਸ਼ਨ ਡੀ ਆ ਰਿਹਾ ਹੈ, ਗੁਰੂ ਨਾਨਕ ਦੇਵ ਜੀ, ਬਿਲਕੁਲ ਠੀਕ ਹੈ। ਕੁਸ਼ਚਨ ਨੰਬਰ 21, ਗੁਰੂ ਨਾਨਕ ਦੇਵ ਜੀ ਨੇ ਕਿਸ ਰਾਗ ਵਿੱਚ 12 ਮਾਂ ਦੀ ਰਚਨਾ ਕੀਤੀ? ਆਪਸ਼ਨ ਏ ਰਾਗ ਮਾਝ, ਬੀ ਰਾਗ ਮਲਾਰ, ਸੀ ਰਾਗ ਬਸੰਤ, ਡੀ ਰਾਗ ਤੁਖਾਰੀ। ਕੁਸ਼ਚਨ ਨੰਬਰ 21 ਲਈ ਆਨਸਰ ਕਰੋ ਜੀ। ਗੁਰੂ ਨਾਨਕ ਦੇਵ ਜੀ ਦਾ 12 ਮਾਂ ਕਿਸ ਰਾਗ ਦੇ ਵਿੱਚ ਹੈ? ਬਿਲਕੁਲ ਸਹੀ ਹੈ ਜੀ, ਰਾਗ ਤੁਖਾਰੀ ਦੇ ਵਿੱਚ। ਆਪਸ਼ਨ ਡੀ ਆਨਸਰ ਕਰਨ ਵਾਲੇ ਸਾਰੇ ਠੀਕ ਨੇ, ਬਾਕੀ ਨੋਟ ਡਾਊਨ ਕਰਨ। ਕੁਸ਼ਚਨ ਨੰਬਰ 22, ਗੁਰੂ ਤੇਗ ਬਹਾਦਰ ਜੀ ਨੇ ਰਚਨਾ ਕੀਤੀ। ਆਪਸ਼ਨ ਏ ਦੋੜਿਆਂ ਵਿੱਚ, ਬੀ ਸ਼ਬਦਾਂ ਅਤੇ ਸਲੋਕਾਂ ਵਿੱਚ, ਸੀ ਕਾਫੀਆਂ ਵਿੱਚ, ਡੀ ਸਿਰਫੀਆਂ ਵਿੱਚ। ਕੁਸ਼ਚਨ ਨੰਬਰ 22 ਲਈ ਆਨਸਰ ਕਰਿਆ ਜਾਵੇ ਜੀ। 22 ਨੰਬਰ ਦੇ ਲਈ ਆਨਸਰ ਕਰੋ, ਗੁਰੂ ਤੇਗ ਬਹਾਦਰ ਜੀ ਨੇ ਰਚਨਾ ਕੀਤੀ ਸ਼ਬਦਾਂ ਅਤੇ ਸਲੋਕਾਂ ਦੇ ਵਿੱਚ। ਬਿਲਕੁਲ ਠੀਕ ਆ, ਸ਼ਬਦਾਂ ਅਤੇ ਸਲੋਕਾਂ ਵਿੱਚ ਆਪਸ਼ਨ ਬੀ ਜਿਨ੍ਹਾਂ ਦਾ ਆਨਸਰ ਆ ਰਿਹਾ। ਕੁਸ਼ਚਨ ਨੰਬਰ 23, 23 ਨੰਬਰ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸਾਹਿਬਾਨ ਦੀ ਬਾਣੀ ਸ਼ਾਮਿਲ ਹੈ? ਆਪਸ਼ਨ ਏ 10, ਬੀ 7, ਸੀ 5, ਡੀ 6। ਪ੍ਰਸ਼ਨ ਨੰਬਰ 23 ਲਈ ਆਨਸਰ ਕਰੋ ਜੀ, ਕਿੰਨੇ ਗੁਰੂ ਸਾਹਿਬਾਨ ਦੀ ਬਾਣੀ।
ਸਾਹਿਬ ਦੇ ਵਿੱਚ ਬਿਲਕੁਲ ਸਹੀ ਉੱਤਰ ਹੈ, ਜਿਹੜੇ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ, ਛੇ ਗੁਰੂ ਸਾਹਿਬ ਦੀ ਸਾਹਿਬਾਨ ਦੀ। ਕੁਸ਼ਚਨ ਨੰਬਰ 24, ਸਿੱਖਾਂ ਦੀ ਭਗਤਮਾਲਾ ਦਾ ਕਰਤਾ ਹੈ, ਆਪਸ਼ਨ ਏ ਭਾਈ ਗੁਰਦਾਸ ਜੀ, ਬੀ ਭਾਈ ਵੀਰ ਸਿੰਘ ਜੀ, ਸੀ ਗਿਆਨੀ ਗਿਆਨ ਸਿੰਘ ਅਤੇ ਡੀ ਭਾਈ ਮਨੀ ਸਿੰਘ। ਕੁਸ਼ਚਨ ਨੰਬਰ 24 ਲਈ ਆਂਸਰ ਕਰੋ ਜੀ, 24 ਨੰਬਰ ਦੇ ਲਈ ਸਹੀ ਉੱਤਰ ਚੁਣੋ ਜੀ। ਕਿਸ ਦੀ ਰਚਨਾ ਹੈ ਸਿੱਖਾਂ ਦੀ ਭਗਤਮਾਲਾ? ਹਾਂਜੀ, ਇਹ ਭਾਈ ਮਨੀ ਸਿੰਘ ਜੀ ਦੀ ਰਚਨਾ ਹੈ, ਆਪਸ਼ਨ ਡੀ ਹੋਵੇਗਾ ਕਰੈਕਟ ਆਂਸਰ ਕੁਸ਼ਚਨ ਨੰਬਰ 24 ਦੇ ਲਈ। 25 ਨੰਬਰ ਕੁਸ਼ਚਨ ਹੈ, ਭਗਤੀ ਸਾਹਿਤ ਦਾ ਆਧਾਰ ਹੈ, ਆਪਸ਼ਨ ਏ ਰੋਮਾਂਸਵਾਦ, ਬੀ ਅਸਤਿਤਵਵਾਦ, ਸੀ ਰਹੱਸਵਾਦ ਅਤੇ ਡੀ ਯਥਾਰਥਵਾਦ। 25 ਨੰਬਰ ਦੇ ਲਈ ਆਂਸਰ ਕਰੋ ਜੀ, ਭਗਤੀ ਸਾਹਿਤ ਦਾ ਆਧਾਰ ਕੀ ਹੈ? ਹਾਂਜੀ, 25 ਨੰਬਰ ਲਈ ਫਟਾਫਟ ਆਂਸਰ ਕਰਿਆ ਜਾਵੇ। 25 ਦੇ ਲਈ ਜੀ, 25 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਹੈ ਰਹੱਸਵਾਦ, ਰਹੱਸਵਾਦ ਕੁਰੈਕਟ ਆਂਸਰ ਹੋਵੇਗਾ ਜੀ, ਸੀ ਆਪਸ਼ਨ। ਕੁਸ਼ਚਨ ਨੰਬਰ 26 ਦੇ ਵੱਲ ਵੱਧਦੇ ਹਾਂ ਜੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਕਿਸ ਭਗਤ ਕਵੀ ਦੀ ਕਾਵਿ ਟੂਕ ਹੈ? ਆਪਸ਼ਨ ਏ ਭਗਤ ਨਾਮਦੇਵ, ਬੀ ਭਗਤ ਕਬੀਰ, ਸੀ ਭਗਤ ਰਵਿਦਾਸ ਅਤੇ ਡੀ ਭਗਤ ਧੰਨਾ। ਕੁਸ਼ਚਨ ਨੰਬਰ 26 ਲਈ ਆਂਸਰ ਕਿਸ ਦੀ ਸੋਰੀ ਹਾਂਜੀ 26 ਨੰਬਰ ਕੁਸ਼ਚਨ ਦੇ ਲਈ ਆਂਸਰ ਕਰੋ, ਕਿਸ ਭਗਤ ਕਵੀ ਦੀ ਇਹ ਰਚਨਾ ਹੈ ਜਿਨ੍ਹਾਂ ਦਾ ਆਂਸਰ ਭਗਤ ਰਵਿਦਾਸ ਜੀ ਆਇਆ ਹੈ? ਬਿਲਕੁਲ ਠੀਕ ਉੱਤਰ ਹੈ ਆਪਸ਼ਨ ਸੀ। 27 ਨੰਬਰ ਕੁਸ਼ਚਨ ਹੈ, ਬਾਬਾ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ? ਆਪਸ਼ਨ 112, ਬੀ 4, ਸੀ 8, ਡੀ 114। ਕੁਸ਼ਚਨ ਪਿਛਲੇ ਪੇਪਰ ਦੇ ਵਿੱਚ ਵੀ ਸ਼ਾਮਿਲ ਸੀ ਪਰ ਹੋਰ ਤਰੀਕੇ ਨਾਲ ਪੁੱਛਿਆ ਗਿਆ ਸੀ, ਬਿਲਕੁਲ ਠੀਕ ਆ, ਜਿਹੜੇ 4 ਆਂਸਰ ਕਰ ਰਹੇ ਨੇ। ਹਾਂਜੀ, ਦੋ ਰਾਗ ਆਸਾ, ਦੋ ਰਾਗ ਸੂਹੀ ਦੇ ਵਿੱਚ, ਇਹ ਕੱਲ੍ਹ ਦੀ ਸ਼ਾਇਦ ਕਲਾਸ ਦੇ ਵਿੱਚ ਹੀ ਕੁਸ਼ਚਨ ਸੀ। ਕੁਸ਼ਚਨ ਨੰਬਰ 27 ਤੋਂ ਬਾਅਦ 28 ਵੱਲ ਵੱਧਦੇ ਹਾਂ, ਸੁਖਮਣੀ ਸਾਹਿਬ ਕਿਸ ਗੁਰੂ ਸਾਹਿਬ ਦੀ ਰਚਨਾ ਹੈ? ਆਪਸ਼ਨ ਏ ਗੁਰੂ ਅਰਜਨ ਦੇਵ ਜੀ, ਬੀ ਗੁਰੂ ਰਾਮਦਾਸ ਜੀ, ਸੀ ਗੁਰੂ ਅਮਰਦਾਸ ਜੀ ਅਤੇ ਡੀ ਗੁਰੂ ਨਾਨਕ ਦੇਵ ਜੀ। ਕੁਸ਼ਚਨ ਨੰਬਰ 28 ਦੇ ਲਈ ਆਂਸਰ ਕਰੋ ਜੀ, ਕਿਸ ਦੀ ਰਚਨਾ ਹੈ ਸੁਖਮਣੀ ਸਾਹਿਬ? ਹਾਂਜੀ, ਬਿਲਕੁਲ ਸਹੀ ਉੱਤਰ ਹੈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ, ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਸੁਖਮਣੀ ਸਾਹਿਬ। ਕੁਸ਼ਚਨ ਨੰਬਰ 29 ਦੇ ਵੱਲ ਵੱਧ, ਪੁਰਾਤਨ ਜਨਮ ਸਾਖੀ ਦਾ ਸੰਪਾਦਕ ਕੌਣ ਹੈ? ਆਪਸ਼ਨ ਏ ਰਤਨ ਸਿੰਘ ਜੱਗੀ, ਬੀ ਭਾਈ ਵੀਰ ਸਿੰਘ, ਸੀ ਤਾਰਨ ਸਿੰਘ ਅਤੇ ਡੀ ਸਰਦਾਰ ਪਿਆਰ ਸਿੰਘ। ਕੁਸ਼ਚਨ ਨੰਬਰ 29 ਦੇ ਲਈ ਆਂਸਰ ਕਰਿਆ ਜਾਵੇ। ਪੁਰਾਤਨ ਜਨਮ ਸਾਖੀ ਦਾ ਸੰਪਾਦਕ ਕੌਣ ਹੈ ਜੀ? ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ ਭਾਈ ਵੀਰ ਸਿੰਘ, ਬਿਲਕੁਲ ਸਹੀ ਉੱਤਰ ਹੈ, ਬਾਕੀ ਨੋਟ ਡਾਊਨ ਕਰਨਗੇ ਜੀ। ਕੁਸ਼ਚਨ ਨੰਬਰ 30 ਦੇ ਵੱਲ ਵੱਧਦੇ ਹਾਂ ਜੀ, 30 ਨੰਬਰ ਆਰਸੀ ਕੀ ਹੈ? ਆਪਸ਼ਨ ਏ ਜੀਵਨੀ, ਬੀ ਸਵੈ ਜੀਵਨੀ, ਸੀ ਸਫ਼ਰਨਾਮਾ, ਡੀ ਡਾਇਰੀ। ਕੁਸ਼ਚਨ ਨੰਬਰ 30 ਦੇ ਲਈ ਆਂਸਰ ਚੁਣਿਆ ਜਾਵੇ ਜੀ, ਆਰਸੀ ਕੀ ਹੈ? ਬਿਲਕੁਲ ਬਹੁਤ ਹੀ ਸਭ ਤੋਂ ਸੌਖਾ ਕੁਸ਼ਚਨ ਕਹਿ ਸਕਦੇ ਹੋ, ਲਗਭਗ ਸਭ ਨੂੰ ਰਟਿਆ ਹੋਣਾ, ਬਿਲਕੁਲ ਠੀਕ ਆ। ਜਿਹੜੇ ਵੀ ਆਂਸਰ ਕਰ ਰਹੇ ਨੇ ਸਵੈ ਜੀਵਨੀ। ਕੁਸ਼ਚਨ ਨੰਬਰ 31 ਵੱਲ ਵੱਧਦੇ ਹਾਂ ਜੀ, ਕਿਸ ਵਾਰਤਕਾਰ ਨੂੰ ਸ਼ਬਦਾਂ ਦਾ ਜਾਦੂਗਰ ਵੀ ਕਿਹਾ ਜਾਂਦਾ ਹੈ? ਆਪਸ਼ਨ ਏ ਗੁਰਬਖਸ਼ ਸਿੰਘ ਪ੍ਰੀਤਲੜੀ, ਬੀ ਡਾਕਟਰ ਨਰਿੰਦਰ ਸਿੰਘ ਕਪੂਰ, ਸੀ ਡਾਕਟਰ ਕਰਨੈਲ ਸਿੰਘ ਸੋਮਲ ਅਤੇ ਡੀ ਡਾਕਟਰ ਗੁਰਬਖਸ਼ ਭੰਡਾਲ। ਕੁਸ਼ਚਨ ਨੰਬਰ 31 ਦੇ ਲਈ ਆਂਸਰ ਕਰਿਆ ਜਾਵੇ,
ਕਿਸ ਵਾਰਤਕਾਰ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ? 31 ਨੰਬਰ ਦੇ ਲਈ ਆਂਸਰ ਕਰੋ ਜੀ। ਹਾਂਜੀ, ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਕਿਹਾ ਜਾਂਦਾ ਹੈ ਸ਼ਬਦਾਂ ਦਾ ਜਾਦੂਗਰ? ਆਪਸ਼ਨ ਏ ਹੈ ਬਿਲਕੁਲ ਸਹੀ। ਕੁਐਸਚਨ ਨੰਬਰ 32 ਦੇ ਵੱਲ ਵੱਧਦੇ ਹਾਂ। ਰੇਖਾ ਚਿੱਤਰ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ, ਕੀ ਹੁੰਦਾ ਹੈ? ਆਪਸ਼ਨ ਏ ਅਧਿਐਨ, ਬੀ ਕਲਾਤਮਕ ਬਿਆਨ, ਸੀ ਕ੍ਰਮਵਾਰ ਬਿਆਨ ਅਤੇ ਡੀ ਸਿੱਧਾ ਬਿਆਨ। ਕੁਐਸਚਨ ਨੰਬਰ 32 ਲਈ ਆਂਸਰ ਕਰੋ ਜੀ। 32 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਰੇਖਾ ਚਿੱਤਰ ਹੁੰਦਾ ਜੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਕਲਾਤਮਕ ਬਿਆਨ। ਜਿਹੜੇ ਆਪਸ਼ਨ ਬੀ ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ, ਬਾਕੀ ਨੋਟ ਡਾਊਨ ਕਰਨਗੇ। ਕੁਐਸਚਨ ਨੰਬਰ 33, ਕਿਹੜਾ ਲੱਛਣ ਨਿਬੰਧ ਲਈ ਜ਼ਰੂਰੀ ਹੈ? ਆਪਸ਼ਨ ਏ ਸੰਖੇਪਤਾ, ਬੀ ਵਿਸਥਾਰ, ਸੀ ਯਥਾਰਥ, ਡੀ ਉਪਰੋਕਤ ਸਾਰੇ। ਪ੍ਰਸ਼ਨ ਨੰਬਰ 33 ਲਈ ਸਹੀ ਆਂਸਰ ਕਰਿਆ ਜਾਵੇ ਜੀ। ਹਾਂਜੀ, 33 ਨੰਬਰ ਦੇ ਲਈ ਸਹੀ ਆਂਸਰ ਕਰੋ ਜੀ। ਜੀ ਬਿਲਕੁਲ ਠੀਕ ਹੈ, ਜਿਹੜੇ ਵੀ 33 ਨੰਬਰ ਦੇ ਲਈ ਆਂਸਰ ਕਰ ਰਹੇ ਨੇ ਸੰਖੇਪਤਾ। ਹਾਂਜੀ, ਨਿਬੰਧ ਦੇ ਲਈ ਸਭ ਤੋਂ ਜ਼ਰੂਰੀ ਲੱਛਣ ਇਹਨਾਂ ਦੇ ਵਿੱਚੋਂ ਸੰਖੇਪਤਾ ਹੋਵੇਗਾ। ਦੇਖੋ, ਸੰਖੇਪਤਾ ਅਤੇ ਵਿਸਥਾਰ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ, ਠੀਕ ਹੈ। ਸੋ ਆਂਸਰ ਉਪਰੋਕਤ ਸਾਰੇ ਨਹੀਂ ਹੋਣਾ ਸੀ, ਸਹੀ ਉੱਤਰ ਆਪਸ਼ਨ ਏ ਹੋਵੇਗਾ, ਜਿਨ੍ਹਾਂ ਨੇ ਏ ਚੁਣਿਆ ਹੈ ਬਿਲਕੁਲ ਠੀਕ, ਬਾਕੀ ਨੋਟ ਕਰਨ ਜੀ। ਦੋਵੇਂ ਇੱਕ ਦੂਜੇ ਦੇ ਓਪੋਜ਼ਿਟ ਹੈ, ਸੰਖੇਪਤਾ ਅਤੇ ਵਿਸਥਾਰ, ਠੀਕ ਹੈ, ਇਸ ਚੀਜ਼ ਨੂੰ ਸਮਝੋ ਥੋੜ੍ਹਾ ਜਿਹਾ। 34 ਨੰਬਰ ਕੁਐਸਚਨ, ਜਨਮ ਸਾਖੀ ਕੀ ਹੈ? ਉਹ ਬਸ ਉਹ ਚੀਜ਼ ਮਾਇੰਡ 'ਚ ਆ ਜਾਂਦੀ ਨਾ ਕਿ ਉਪਰੋਕਤ ਸਾਰੇ ਇਹਨਾਂ ਵਿੱਚੋਂ ਕੋਈ ਵੀ ਨਹੀਂ, ਹੈ ਨਾ, ਇਹ ਪਹਿਲਾਂ ਚੱਲਦੇ ਹੁੰਦੇ ਸੀ, ਅੱਜ ਕੱਲ੍ਹ ਇੱਦਾਂ ਦੇ ਕੁਐਸਚਨ ਨਹੀਂ ਪਾਉਂਦਾ ਪੇਪਰ ਸੈਟਰ ਕਦੀ ਵੀ, ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗ ਚੁੱਕੀਆਂ ਨੇ। ਜਨਮ ਸਾਖੀ ਕੀ ਹੈ? ਆਪਸ਼ਨ ਏ ਸਫ਼ਰਨਾਮਾ, ਬੀ ਇਤਿਹਾਸ, ਸੀ ਜੀਵਨੀ, ਡੀ ਕਥਾ। 34 ਨੰਬਰ ਦੇ ਲਈ ਆਂਸਰ ਕਰੋ ਜੀ। ਸਫ਼ਰਨਾਮਾ ਕੀ, ਸੋਰੀ, ਜਨਮ ਸਾਖੀ ਕੀ ਹੈ? ਸਫ਼ਰਨਾਮਾ ਨਹੀਂ, ਜਨਮ ਸਾਖੀ ਕੀ ਹੈ? ਜਨਮ ਸਾਖੀ ਹੈ ਇੱਕ ਪ੍ਰਕਾਰ ਦੀ ਜੀਵਨੀ ਕਹਿ ਸਕਦੇ ਹੋ ਤੁਸੀਂ, ਸੀ ਆਪਸ਼ਨ ਸਹੀ ਹੋਵੇਗਾ। ਕੁਐਸਚਨ ਨੰਬਰ 35, 35 ਨੰਬਰ ਜੀ, ਸਫ਼ਰਨਾਮੇ ਦੀ ਪਹਿਲੀ ਸ਼ਰਤ ਹੈ? ਆਪਸ਼ਨ ਏ ਵਾਸਤਵਿਕਤਾ, ਬੀ ਕਲਪਨਾ, ਸੀ ਸ਼ੈਲੀ ਅਤੇ ਡੀ ਭਾਸ਼ਾ। ਸਫ਼ਰਨਾਮੇ ਦੀ ਪਹਿਲੀ ਸ਼ਰਤ ਕੀ ਹੋਵੇਗੀ, ਕੀ ਹੋਣਾ ਜ਼ਰੂਰੀ ਹੈ ਸਫ਼ਰਨਾਮੇ ਦੇ ਲਈ? ਦੇਖੋ, ਸਫ਼ਰਨਾਮਾ ਸਫ਼ਰ ਦਾ ਬਰਤਾਂਤ ਹੁੰਦਾ ਹੈ, ਤਾਂ ਆਂਸਰ ਆਪਸ਼ਨ ਏ ਵਾਸਤਵਿਕਤਾ ਸਭ ਤੋਂ ਜ਼ਰੂਰੀ ਹੋਵੇਗਾ ਜੀ, ਠੀਕ ਹੈ ਜੀ। ਸੋ ਪਹਿਲੀ ਸ਼ਰਤ ਇਹੀ ਹੋਵੇਗੀ, ਠੀਕ ਹੈ। ਸੋ ਜਿਨ੍ਹਾਂ ਨੇ ਵੀ ਆਂਸਰ ਵਾਸਤਵਿਕਤਾ ਕਰਿਆ ਹੈ ਬਿਲਕੁਲ ਠੀਕ ਆਂਸਰ। ਕੁਐਸਚਨ ਨੰਬਰ 36 ਦੇ ਵੱਲ ਵੱਧਦੇ ਹਾਂ। ਜਨਮ ਸਾਖੀ ਪਰੰਪਰਾ ਕਿਸ ਗੁਰੂ ਦੇ ਜੀਵਨ ਬਿਰਤਾਂਤ ਨਾਲ ਸੰਬੰਧ ਰੱਖਦੀ ਹੈ? ਆਪਸ਼ਨ ਏ ਗੁਰੂ ਨਾਨਕ, ਬੀ ਬਾਬਾ ਫਰੀਦ, ਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਡੀ ਗੁਰੂ ਹਰਕ੍ਰਿਸ਼ਨ ਜੀ। ਕੁਐਸਚਨ ਨੰਬਰ 36 ਲਈ ਆਂਸਰ ਕਰੋ ਜੀ। ਹਾਂਜੀ, ਜੇ ਇਸ ਤਰ੍ਹਾਂ ਦੀ ਹੈਬਿਟ ਹੈ ਤਾਂ ਇਸਨੂੰ ਛੱਡਣਾ ਪੈਣਾ ਜੀ। ਵੈਸੇ ਅੱਜ ਕੱਲ੍ਹ ਤਾਂ ਕੁਐਸਚਨ ਪੇਪਰ ਸੈਟਰ ਇੰਨੇ ਕੁ ਤਾਂ ਅਲਰਟ ਹੈਗੇ ਆ, ਹਾਂਜੀ, ਇਸ ਤਰ੍ਹਾਂ ਦੇ ਕੁਐਸਚਨ ਨਹੀਂ ਮਿਲਦੇ ਅੱਜ ਕੱਲ੍ਹ। ਉਪਰੋਕਤ ਸਾਰੇ, ਉਪਰੋਕਤ ਦੋਵੇਂ, ਇਹਨਾਂ ਵਿੱਚੋਂ ਕੋਈ ਵੀ ਨਹੀਂ, ਇਸ ਤਰ੍ਹਾਂ ਦੇ ਆਂਸਰ ਬਹੁਤ ਘੱਟ ਵੇਖਣ ਨੂੰ ਮਿਲਦੇ ਆ। ਹਾਂਜੀ, 36 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ, ਜਿਨ੍ਹਾਂ ਦਾ ਆਂਸਰ ਆ ਰਿਹਾ ਗੁਰੂ ਨਾਨਕ ਦੇਵ ਜੀ, ਬਿਲਕੁਲ ਠੀਕ ਆਂਸਰ ਹੈ। ਕੁਐਸਚਨ ਨੰਬਰ 37, ਸਵੈ ਜੀਵਨੀ ਹੁੰਦੀ ਹੈ? ਆਪਸ਼ਨ ਏ ਸਾਹਿਤ ਕੇਂਦਰਿਤ, ਬੀ ਪਾਠਕ ਕੇਂਦਰਿਤ, ਸੀ ਸਮਾਜ ਕੇਂਦਰਿਤ, ਡੀ ਆਤਮ ਕੇਂਦਰਿਤ। 37 ਨੰਬਰ ਦੇ ਲਈ ਆਂਸਰ ਕਰਿਆ ਜਾਵੇ, ਸਵੈ ਜੀਵਨੀ ਹੁੰਦੀ ਹੈ। ਸਵੈ ਜੀਵਨੀ ਹੁੰਦੀ ਹੈ ਜੀ, ਆਤਮ ਕੇਂਦਰਿਤ।
ਆਪਸ਼ਨ ਡੀ ਆਂਸਰ ਕਰਨ ਵਾਲੇ ਸਾਰੇ ਠੀਕ ਨੇ। ਕੁਐਸਚਨ ਨੰਬਰ 38, ਘਰ ਦਾ ਪਿਆਰ ਨਿਬੰਧ ਕਿਸ ਲੇਖਕ ਦਾ ਹੈ? ਆਪਸ਼ਨ ਏ ਭਾਈ ਵੀਰ ਸਿੰਘ, ਬੀ ਪ੍ਰੋਫੈਸਰ ਪੂਰਨ ਸਿੰਘ, ਸੀ ਪ੍ਰਿੰਸੀਪਲ ਤੇਜਾ ਸਿੰਘ, ਡੀ ਗੁਰਬਖਸ਼ ਸਿੰਘ ਪ੍ਰੀਤਲੜੀ। ਹਾਂਜੀ ਦੇਖੋ, 10ਵੀਂ ਜਮਾਤ ਦੇ ਜਿੰਨੇ ਵੀ 10ਵੀਂ ਜਮਾਤ ਦੇ ਵਿੱਚ ਜੋ ਕੁਛ ਵੀ ਸ਼ਾਮਿਲ ਹੈ, ਚਾਹੇ ਵਾਰਤਕ ਹੈ, ਕਹਾਣੀਆਂ ਨੇ, ਕਵਿਤਾਵਾਂ ਨੇ, ਕੁਛ ਵੀ ਹੈ ਸ਼ਾਮਿਲ, ਇਹਨਾਂ ਦੇ ਲੇਖਕ ਅਤੇ ਉਹਨਾਂ ਦੀਆਂ ਜੋ ਰਚਨਾਵਾਂ ਉਹਨਾਂ ਦੇ ਨਾਲ ਸੰਬੰਧਿਤ ਇੱਕ ਵੀਡੀਓ ਅਲੱਗ ਤੋਂ ਬਣਾਈ ਹੋਈ ਹੈ, ਆਪਣੇ ਯੂਟਿਊਬ ਚੈਨਲ 'ਤੇ ਮਿਲ ਜਾਵੇਗੀ। ਜਦੋਂ ਤੁਸੀਂ ਸਰਚ ਕਰੋਗੇ ਚੈਨਲ, ਤਾਂ ਆਈ ਥਿੰਕ ਉੱਪਰ ਹੀ ਮਿਲ ਜਾਵੇਗੀ ਇਹ ਵੀਡੀਓ। ਜਿਸ ਵੀਡੀਓ ਨੂੰ ਤੁਸੀਂ ਸਿਰਫ ਇੱਕ ਵਾਰ ਦੇਖ ਕੇ, ਮੈਂ ਗਾਰੰਟੀ ਦੇ ਰਿਹਾ ਜੀ, ਹਮੇਸ਼ਾ ਲਈ ਉਹ ਯਾਦ ਰਹਿ ਜਾਣਗੇ, ਕਿਉਂਕਿ ਜਦੋਂ ਵੀ ਕੁਐਸਚਨ ਉਸ ਤਰ੍ਹਾਂ ਦਾ ਸਾਹਮਣੇ ਆਵੇਗਾ ਤਾਂ ਤੁਹਾਨੂੰ ਉਹੀ ਲਾਈਨਾਂ ਜਿਹੜੀਆਂ ਮੈਂ ਉਸ ਵੀਡੀਓ ਦੇ ਵਿੱਚ ਡਿਸਕਸ ਕੀਤੀਆਂ ਨੇ ਤੁਹਾਡੇ ਮਾਇੰਡ ਦੇ ਵਿੱਚ ਆਉਣਗੀਆਂ। ਇੱਕ ਵਾਰ ਜ਼ਰੂਰ ਦੇਖਣਾ ਜੀ, ਠੀਕ ਹੈ ਜੀ, ਗਾਰੰਟੀ ਦੇ ਰਿਹਾ ਜੀ, ਬਿਲਕੁਲ ਹੋਵੇਗਾ ਇਹ ਜੋ ਮੈਂ ਕਹਿ ਰਿਹਾ ਜੀ। ਹਾਂਜੀ 38 ਨੰਬਰ ਲਈ ਘਰ ਦਾ ਪਿਆਰ, ਜਿਨ੍ਹਾਂ ਨੇ ਵੀ ਆਂਸਰ ਕੀਤਾ ਹੈ ਆਪਸ਼ਨ ਸੀ ਪ੍ਰਿੰਸੀਪਲ ਤੇਜਾ ਸਿੰਘ, ਬਿਲਕੁਲ ਠੀਕ ਹੈ ਜੀ। ਕੁਐਸਚਨ ਨੰਬਰ 39 ਦੇ ਵੱਲ ਵੱਧਦੇ ਹਾਂ। ਸੰਸਮਰਨ ਦਾ ਅਰਥ ਹੈ, ਆਪਸ਼ਨ ਏ ਸਾਹਿਤ ਸਹਾਰੇ ਸੋਚੀਆਂ ਯਾਦਾਂ, ਬੀ ਯਾਦਾਂ ਸਹਾਰੇ ਸੋਚਿਆ ਸਾਹਿਤ ਸੀ ਯਾਦਾਂ ਦੀ ਸਮੀਖਿਆ, ਡੀ ਆਤਮ ਕਥਾ ਦੇ ਵਧੀਆ ਭਾਗ ਦੀ ਪੇਸ਼ਕਾਰੀ। ਸੋ ਇਹ ਸਾਰੇ ਹੀ ਆਂਸਰ ਸਹੀ ਲੱਗ ਰਹੇ ਨੇ ਜੀ। ਹਾਂਜੀ 39 ਨੰਬਰ ਦੇ ਲਈ ਆਂਸਰ ਕਰੋ ਜੀ, 39 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਸਾਰੇ ਹੀ ਵੈਸੇ ਤਾਂ ਸਹੀ ਲੱਗ ਰਹੇ ਨੇ, ਪਰ ਸੰਸਮਰਨ ਹੁੰਦਾ ਜੀ ਆਤਮ ਕਥਾ ਦੇ ਵਧੀਆ ਭਾਗ ਦੀ ਪੇਸ਼ਕਾਰੀ, ਆਪਸ਼ਨ ਡੀ ਬੋਰਡ ਦੇ ਵੱਲੋਂ ਸਹੀ ਕੀਤਾ ਗਿਆ ਹੈ, ਜਿਨ੍ਹਾਂ ਨੇ ਡੀ ਆਂਸਰ ਕੀਤਾ ਹੈ ਬਿਲਕੁਲ ਠੀਕ ਹੈ। ਬਾਕੀ ਨੋਟ ਡਾਊਨ ਕਰਨ, ਕੁਐਸਚਨ ਨੰਬਰ 40, 40 ਨੰਬਰ ਏ ਕਿਸ ਵਾਰਤਕਾਰ ਨੇ ਸਿੱਖ ਸਿਧਾਂਤਾਂ ਨੂੰ ਆਧੁਨਿਕ ਸਰੋਕਾਰ ਨਾਲ ਜੋੜਿਆ? ਆਪਸ਼ਨ ਏ ਸਾਹਿਬ ਸਿੰਘ, ਬੀ ਬਲਵੀਰ ਸਿੰਘ, ਸੀ ਕਪੂਰ ਸਿੰਘ, ਡੀ ਭਾਈ ਵੀਰ ਸਿੰਘ। 40 ਨੰਬਰ ਦੇ ਲਈ ਆਂਸਰ ਕਰੋ ਜੀ। ਹਾਂਜੀ ਕਿਸ ਵਾਰਤਕਾਰ ਨੇ, ਦੇਖੋ ਜਦੋਂ ਵਾਰਤਕਾਰ ਕਹਿ ਦਿੱਤਾ ਤਾਂ ਫਿਰ ਭਾਈ ਵੀਰ ਸਿੰਘ ਜੀ ਬਹੁਤ ਹੀ ਰੇਅਰ ਚਾਂਸ ਹੈ ਕਿ ਸਹੀ ਆਂਸਰ ਹੋ ਸਕਦਾ, ਠੀਕ ਹੈ। ਬਾਕੀ 3 ਰਹਿ ਗਏ ਆਪਸ਼ਨ ਆਪਣੇ ਕੋਲ, ਕਰੋ ਜੀ ਆਂਸਰ, ਬਿਲਕੁਲ ਠੀਕ ਆ। ਜਿਹੜੇ ਕਪੂਰ ਸਿੰਘ ਆਂਸਰ ਕਰ ਰਹੇ ਨੇ ਆਪਸ਼ਨ ਸੀ। ਕੁਐਸਚਨ ਨੰਬਰ 41 ਦੇ ਵੱਲ ਵੱਧਦੇ ਹਾਂ ਜੀ, ਜੀਵਨੀ ਸਵੈ ਜੀਵਨੀ ਦਾ ਵਿਭੇਦਕ ਲੱਛਣ ਹੈ? ਆਪਸ਼ਨ ਏ ਇਤਿਹਾਸਕਤਾ, ਬੀ ਸਮੂਹਿਕਤਾ, ਸੀ ਸਵੈਪਰਕਤਾ ਅਤੇ ਡੀ ਕਾਲਪਨਿਕਤਾ। ਕੁਐਸਚਨ ਨੰਬਰ 41 ਦੇ ਲਈ ਆਂਸਰ ਕਰੋ ਜੀ। ਹਾਂਜੀ ਜੀਵਨੀ ਅਤੇ ਸਵੈ ਜੀਵਨੀ ਦਾ ਵਿਭੇਦਕ ਲੱਛਣ ਕੀ ਹੈ, ਕਿਹੜਾ ਲੱਛਣ ਹੈ ਜਿਹੜਾ ਇਸਨੂੰ ਵੱਖਰਾ ਕਰਦਾ ਹੈ ਇੱਕ ਦੂਜੇ ਤੋਂ? ਹਾਂਜੀ ਸਵੈਪਰਕਤਾ, ਆਪਸ਼ਨ ਸੀ ਕੁਰੈਕਟ ਆਂਸਰ ਹੋਵੇਗਾ। ਜੀਵਨੀ ਦੇ ਵਿੱਚ ਕਿਸੇ ਦੇ ਜੀਵਨ ਬਾਰੇ ਲਿਖਿਆ ਜਾਂਦਾ ਹੈ ਕਿਸੇ ਲੇਖਕ ਦੁਆਰਾ, ਅਤੇ ਸਵੈ ਜੀਵਨੀ ਲੇਖਕ ਆਪਣੇ ਜੀਵਨ 'ਤੇ ਹੀ ਲਿਖਦਾ ਹੈ। ਕੁਐਸਚਨ ਨੰਬਰ 42 ਦੇ ਵੱਲ ਵੱਧਦਿਆਂ, ਭਾਈ ਵੀਰ ਸਿੰਘ ਜੀ ਦੀ ਕਵਿਤਾ ਕਿਸ ਕਾਵ ਰੂਪਕਾਰ ਅਧੀਨ ਆਉਂਦੀ ਹੈ? ਆਪਸ਼ਨ ਏ ਗਜ਼ਲ, ਬੀ ਸੰਬੋਧਿਤ ਗੀਤ, ਸੀ ਖੁੱਲ੍ਹੀ ਕਵਿਤਾ, ਡੀ ਪ੍ਰਗੀਤ। ਭਾਈ ਵੀਰ ਸਿੰਘ ਜੀ ਦੀ ਕਵਿਤਾ ਨੂੰ ਕਿਸ ਰੂਪਾਕਾਰ ਦੇ ਅਧੀਨ ਰੱਖਿਆ ਜਾਂਦਾ ਹੈ? ਆਂਸਰ ਕਰੋ 42 ਨੰਬਰ ਦੇ ਲਈ। ਹਾਂਜੀ 42 ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ, ਆਪਸ਼ਨ ਡੀ ਪ੍ਰਗੀਤ, ਪ੍ਰਗੀਤ ਦੇ ਅਧੀਨ ਰੱਖਿਆ ਜਾਂਦਾ ਹੈ, ਸਹੀ ਉੱਤਰ ਹੋਵੇਗਾ। ਕੁਐਸਚਨ ਨੰਬਰ 43,
ਅਰਬੀ ਭਾਸ਼ਾ ਦੇ ਸ਼ਬਦ ਨਜ਼ਮ ਦਾ ਅਰਥ ਹੈ। ਆਪਸ਼ਨ ਏ ਕਵਿਤਾ ਰਚਣੀ, ਬੀ ਮੋਤੀਆਂ ਨੂੰ ਧਾਗੇ ਵਿੱਚ ਪਰੋਣਾ, ਸੀ ਸਿਰ ਗੁੰਦਣਾ ਅਤੇ ਡੀ ਕਸੀਦਾ ਕੱਢਣਾ। ਕੁਸ਼ਚਨ ਨੰਬਰ 43 ਲਈ ਆਂਸਰ ਕਰੋ ਜੀ। 43 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਅਰਬੀ ਭਾਸ਼ਾ ਦੇ ਸ਼ਬਦ ਨਜ਼ਮ ਦਾ ਅਰਥ ਹੈ। ਨਜ਼ਮ ਦਾ ਅਰਥ ਹੈ ਜੀ ਮੋਤੀਆਂ ਨੂੰ ਧਾਗੇ ਵਿੱਚ ਪਰੋਣਾ। ਆਪਸ਼ਨ ਬੀ ਕੁਰੈਕਟ ਆਂਸਰ ਹੋਵੇਗਾ। 44 ਨੰਬਰ ਕੁਸ਼ਚਨ ਹੈ, ਡਾਕਟਰ ਹਰਭਜਨ ਸਿੰਘ ਕਿਸ ਕਾਵਧਾਰਾ ਨਾਲ ਸੰਬੰਧਿਤ ਹੈ? ਆਪਸ਼ਨ ਏ ਭਗਤੀਵਾਦੀ, ਬੀ ਪ੍ਰਯੋਗਵਾਦੀ, ਸੀ ਸੁਹਜਵਾਦੀ ਅਤੇ ਡੀ ਜੁਝਾਰਵਾਦੀ। ਆਈ ਥਿੰਕ ਇਹ ਵਾਲਾ ਕੁਸ਼ਚਨ ਵੀ ਪਿਛਲੇ ਪੇਪਰ ਦੇ ਵਿੱਚ ਆਇਆ ਸੀ। ਸੋ ਕਰੋ ਜੀ ਆਂਸਰ ਕੁਸ਼ਚਨ ਨੰਬਰ 44 ਦੇ ਲਈ। ਸੁਹਜਵਾਦੀ, ਜਿਨ੍ਹਾਂ ਦਾ ਆਂਸਰ ਆਪਸ਼ਨ ਸੀ ਆ ਰਿਹਾ ਜੀ, ਬਿਲਕੁਲ ਸਹੀ ਉੱਤਰ ਹੈ। ਕੁਸ਼ਚਨ ਨੰਬਰ 45, ਕਿਸ ਕਵੀ ਵਿੱਚ ਲੋਕ ਯੋਗਤਾ ਦੀ ਵਧੇਰੇ ਵਰਤੋਂ ਹੋਈ ਹੈ? ਆਪਸ਼ਨ ਏ ਸੁਰਜੀਤ ਪਾਤਰ, ਬੀ ਸਸਾ ਮੀਸ਼ਾ, ਸੀ ਸ਼ਿਵ ਕੁਮਾਰ ਬਟਾਲਵੀ ਅਤੇ ਡੀ ਜਗਤਾਰ। 45 ਨੰਬਰ ਦੇ ਲਈ ਆਂਸਰ ਕਰੋ ਜੀ। ਹਾਂਜੀ, ਕਿਸ ਕਵੀ ਵਿੱਚ ਲੋਕ ਯੋਗਤਾ ਦੀ ਵਧੇਰੇ ਵਰਤੋਂ ਕੀਤੀ ਗਈ ਹੈ? ਹਾਂਜੀ, ਜਾਂ ਫਿਰ ਕੁਸ਼ਚਨ ਇਸ ਤਰ੍ਹਾਂ ਵੀ ਮਿਲ ਸਕਦਾ ਹੈ, ਲੋਕ ਜੀਵਨ ਦੇ ਨੇੜੇ ਹੈ ਜਾਂ ਲੋਕ ਜੀਵਨ 'ਤੇ ਆਧਾਰਿਤ ਹੈ, ਇਸ ਤਰ੍ਹਾਂ ਦੇ ਤਰੀਕੇ ਨਾਲ ਕੁਸ਼ਚਨ ਬਣਾ ਕੇ ਪੁੱਛਿਆ ਜਾ ਸਕਦਾ ਹੈ। ਆਪਸ਼ਨ ਸੀ ਜਿਨ੍ਹਾਂ ਦਾ ਆਂਸਰ ਆ ਰਿਹਾ ਹੈ, ਸ਼ਿਵ ਕੁਮਾਰ ਬਟਾਲਵੀ, ਬਿਲਕੁਲ ਠੀਕ ਆਂਸਰ ਹੋਵੇਗਾ। ਕੁਸ਼ਚਨ ਨੰਬਰ 46 ਦੇ ਵੱਲ ਵੱਧਦੇ ਹਾਂ। 46 ਨੰਬਰ, ਰੁੱਖ ਅਤੇ ਰਿਸ਼ੀ ਕੀ ਹੈ? ਆਪਸ਼ਨ ਏ ਨਾਵਲ, ਬੀ ਕਹਾਣੀ, ਸੀ ਕਵਿਤਾ, ਡੀ ਨਾਟਕ। ਕੁਸ਼ਚਨ ਨੰਬਰ 46 ਲਈ ਆਂਸਰ ਕਰੋ ਜੀ, ਰੁੱਖ ਅਤੇ ਰਿਸ਼ੀ। ਹਾਂਜੀ, ਰੁੱਖ ਅਤੇ ਰਿਸ਼ੀ ਹੈ ਜੀ ਕਵਿਤਾ। ਆਪਸ਼ਨ ਸੀ ਕੁਰੈਕਟ ਆਂਸਰ ਹੋਵੇਗਾ। ਕੁਸ਼ਚਨ ਨੰਬਰ 47, ਸੁਗੰਧ ਸਮੀਰ ਕਾਵਿ ਸੰਗ੍ਰਹਿ ਕਿਸ ਵਾਦ ਨਾਲ ਸੰਬੰਧਿਤ ਹੈ? ਆਪਸ਼ਨ ਏ ਯਥਾਰਥਵਾਦ, ਬੀ ਪ੍ਰਕਿਰਤੀਵਾਦ, ਸੀ ਜੁਝਾਰਵਾਦ ਅਤੇ ਡੀ ਪ੍ਰਗਤੀਵਾਦ। ਕੁਸ਼ਚਨ ਨੰਬਰ 47 ਦੇ ਲਈ ਆਂਸਰ ਕਰੋ ਜੀ, ਸੁਗੰਧ ਸਮੀਰ ਕਾਵਿ ਸੰਗ੍ਰਹਿ ਕਿਸ ਵਾਦ ਦੇ ਨਾਲ ਸੰਬੰਧਿਤ ਹੈ? ਸੋ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਯਥਾਰਥਵਾਦ ਦੇ ਨਾਲ ਸੰਬੰਧਿਤ ਹੈ, ਬਿਲਕੁਲ ਠੀਕ। ਕੁਸ਼ਚਨ ਨੰਬਰ 48 ਦੇ ਵੱਲ ਵੱਧਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਨਹੀਂ ਹੈ? ਸਹੀ ਨਹੀਂ ਪੁੱਛਿਆ ਜੀ। ਆਪਸ਼ਨ ਏ ਅੰਮ੍ਰਿਤਾ ਪ੍ਰੀਤਮ ਜੁਝਾਰਵਾਦ, ਬੀ ਪਾਸ਼ ਪ੍ਰਯੋਗਵਾਦ, ਸੀ ਜਸਬੀਰ ਸਿੰਘ ਆਲੂਵਾਲੀ ਆਦਰਸ਼ਵਾਦ, ਡੀ ਜਸਵੰਤ ਸਿੰਘ ਨੇਕੀ ਰਹੱਸਵਾਦ। 48 ਨੰਬਰ ਲਈ ਆਂਸਰ ਕਰੋ ਜੀ। ਹਾਂਜੀ, ਇਹ ਕਾਫੀ ਕਨਫਿਊਜ਼ ਕਰਨ ਵਾਲਾ ਕੁਸ਼ਚਨ ਤੁਸੀਂ ਕਹਿ ਸਕਦੇ ਹੋ, ਕਿਉਂਕਿ ਇਹ ਅੰਮ੍ਰਿਤਾ ਪ੍ਰੀਤਮ ਜੁਝਾਰਵਾਦ ਅਤੇ ਪਾਸ਼ ਪ੍ਰਯੋਗਵਾਦ ਇਹ ਸ਼ਾਇਦ ਮਾਇੰਡ ਡਾਇਵਰਟ ਕਰ ਰਹੀਆਂ ਹੋਣਗੀਆਂ, ਪਰ ਗੱਲ ਇਹ ਹੈ ਕਿ ਇੱਕ ਲੇਖਕ ਹੈ, ਇੱਕ ਤੋਂ ਵਧੇਰੇ ਪ੍ਰਕਾਰ ਦੀ ਪ੍ਰਵਿਰਤੀ ਰੱਖਦਾ ਹੈ, ਇਸ ਕਰਕੇ ਇਹ ਵੀ ਸਹੀ ਹਨ। ਆਂਸਰ ਆਪਸ਼ਨ ਸੀ ਹੋਵੇਗਾ, ਜਸਵੀਰ ਸਿੰਘ ਆਲੂਵਾਲੀਆ ਆਦਰਸ਼ਵਾਦ। ਸੋ ਜਿਨ੍ਹਾਂ ਨੇ ਆਂਸਰ ਆਪਸ਼ਨ ਸੀ ਕੀਤਾ ਹੈ, ਠੀਕ ਆਂਸਰ ਹੋਵੇਗਾ। ਕੁਸ਼ਚਨ ਨੰਬਰ 49 ਦੇ ਵੱਲ ਵੱਧਦੇ ਹਾਂ। 49 ਨੰਬਰ ਕੁਸ਼ਚਨ ਹੈ, ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਦਾ ਆਰੰਭ 20ਵੀਂ ਸਦੀ ਦੇ ਕਿਸ ਦਹਾਕੇ ਵਿੱਚ ਹੋਇਆ? ਆਪਸ਼ਨ ਏ ਪਹਿਲੇ, ਬੀ ਦੂਜੇ, ਸੀ ਤੀਜੇ, ਡੀ ਚੌਥੇ। ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਦਾ ਆਰੰਭ 20ਵੀਂ ਸਦੀ ਦੇ ਕਿਸ ਦਹਾਕੇ ਦੇ ਵਿੱਚ ਹੋਇਆ? ਸਹੀ ਉੱਤਰ ਕੁਸ਼ਚਨ ਨੰਬਰ 49 ਦੇ ਲਈ ਕਰਿਆ ਜਾਵੇ ਜੀ। ਹਾਂਜੀ, 49 ਨੰਬਰ ਲਈ ਆਂਸਰ ਕਰੋ ਜੀ। ਬਿਲਕੁਲ ਠੀਕ ਆ, ਜਿਹੜੇ ਵੀ 49 ਨੰਬਰ ਦੇ ਲਈ ਆਂਸਰ ਕਰ ਰਹੇ ਨੇ, ਆਪਸ਼ਨ ਡੀ ਚੌਥੇ ਦਹਾਕੇ, ਠੀਕ ਹੈ ਜੀ, ਡੀ ਆਪਸ਼ਨ। ਕੁਸ਼ਚਨ ਨੰਬਰ 50 ਅਤੇ ਅੱਜ ਦੇ ਆਖਰੀ ਕੁਸ਼ਚਨ ਦੇ ਵੱਲ ਵੱਧਦੇ ਹਾਂ ਜੀ। 50 ਨੰਬਰ ਕੁਸ਼ਚਨ ਹੈ, ਖੁੱਲ੍ਹੀ ਕਵਿਤਾ ਦਾ ਆਰੰਭ ਪੰਜਾਬੀ ਵਿੱਚ ਕਿਸ ਕਵੀ ਦੁਆਰਾ ਹੋਇਆ ਹੈ? ਖੁੱਲ੍ਹੀ ਕਵਿਤਾ ਦਾ ਆਰੰਭ
ਪੰਜਾਬੀ ਵਿੱਚ ਕਿਸ ਕਵੀ ਦੁਆਰਾ ਹੋਇਆ ਹੈ? ਆਪਸ਼ਨ ਏ ਭਾਈ ਵੀਰ ਸਿੰਘ, ਬੀ ਮੋਹਨ ਸਿੰਘ, ਸੀ ਪੂਰਨ ਸਿੰਘ, ਡੀ ਧਨੀ ਰਾਮ ਚਾਤਰੀ। ਕੁਐਸਚਨ ਨੰਬਰ 50 ਦੇ ਲਈ ਆਂਸਰ ਕਰੋ ਜੀ। ਹਾਂਜੀ, 50 ਨੰਬਰ ਦੇ ਲਈ ਆਂਸਰ ਕਰੋ ਜੀ। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਸਭ ਨੂੰ ਜੀ। ਪ੍ਰਸ਼ਨ ਨੰਬਰ 50 ਦੇ ਲਈ ਆਰੰਭ ਪੁੱਛਿਆ ਗਿਆ ਜੀ। ਜੀ ਪੂਰਨ ਸਿੰਘ ਜਿਨ੍ਹਾਂ ਦਾ ਆਂਸਰ ਆ ਰਿਹਾ ਆਪਸ਼ਨ ਸੀ, ਬਿਲਕੁਲ ਠੀਕ ਹੈ। ਭਾਵੇਂ ਭਾਈ ਵੀਰ ਸਿੰਘ ਜੀ ਨੇ ਵੀ ਖੁੱਲ੍ਹੀ ਕਵਿਤਾ ਲਿਖੀ ਹੈ, ਪਰ ਆਰੰਭ ਜਿਹੜਾ ਹੈ ਉਹ ਪੂਰਨ ਸਿੰਘ, ਆਪਸ਼ਨ ਸੀ ਕੁਰੈਕਟ ਆਂਸਰ ਹੋਵੇਗਾ। ਸੋ ਅੱਜ ਦੀ ਕਲਾਸ ਹੁੰਦੀ ਜੀ ਇੱਥੇ ਸਮਾਪਤ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ, ਤਾਂ ਕਿ ਇੱਦਾਂ ਹੀ ਤੁਹਾਨੂੰ ਫਰੀ ਆਫ ਕੋਸਟ ਕਲਾਸਿਸ ਮਿਲਦੀਆਂ ਰਹਿਣ ਨਿਊ ਅਤੇ ਜਿੰਨੇ ਵੀ ਪੇਪਰ ਆਪਾਂ ਸਾਰੇ ਸੋਲਵ ਕਰਾਵਾਂਗੇ। ਹੁਣ ਤੱਕ ਜਿੰਨੇ ਵੀ ਹੋਏ ਆ, ਪੰਜਾਬ, ਦਿੱਲੀ, ਚੰਡੀਗੜ੍ਹ, ਰਾਜਸਥਾਨ ਦੇ ਵੀ ਕਰਾ ਦਾਂਗੇ, ਬਟ ਰਾਜਸਥਾਨ ਵਾਲੇ ਲੈਵਲ ਜਿਹੜਾ ਹੈ ਪੰਜਾਬ ਤੋਂ ਥੋੜ੍ਹਾ ਜਿਹਾ ਡੀਪ ਪਾਉਂਦੇ ਆ, ਤਾਂ ਉਨਾ ਇੰਪੋਰਟੈਂਟ ਰਾਜਸਥਾਨ ਵਾਲੇ ਨਹੀਂ, ਬਟ ਦੇਖ ਲਵਾਂਗੇ, ਕੋਈ ਗੱਲ ਨਹੀਂ, ਉਹ ਵੀ ਕਰਾ ਦਾਂਗੇ। ਪਰ ਬਾਕੀ ਜਿਹੜੇ ਲਗਭਗ ਇੱਕੋ ਜਿਹਾ ਲੈਵਲ ਰੱਖਦੇ ਨੇ, ਚੰਡੀਗੜ੍ਹ ਦੇ, ਦਿੱਲੀ ਦੇ ਅਤੇ ਪੰਜਾਬ ਦੇ ਜਿੰਨੇ ਵੀ ਪੇਪਰ ਹੁੰਦੇ ਨੇ ਪੰਜਾਬੀ ਅਧਿਆਪਕ ਦੇ ਲਈ, ਠੀਕ ਹੈ। ਸੋ ਬਾਕੀ ਰਹਿੰਦੇ ਕੁਐਸਚਨ ਪਾਰਟ ਸੈਕਿੰਡ ਐਂਡ ਥਰਡ ਦੇ ਵਿੱਚ ਕਰਾਂਗੇ ਜੀ। ਪੋਸਟਾਂ ਦਾ ਕੁਛ ਪਤਾ ਨਹੀਂ ਜੀ ਕਦੋਂ ਆਉਣਗੀਆਂ, ਬਸ ਆਪਣੀ ਤਿਆਰੀ ਕਰਦੇ ਰਹੋ, ਕਿਉਂਕਿ ਇਹ ਚੀਜ਼ਾਂ ਸਰਕਾਰਾਂ 'ਤੇ ਡਿਪੈਂਡ ਹੁੰਦੀਆਂ ਨੇ, ਪਤਾ ਨਹੀਂ ਕਦੋਂ ਕੱਢਣਗੇ, ਇਹ ਤਾਂ ਸਿਰਫ ਮਾਨ ਸਾਹਿਬ ਹੀ ਦੱਸ ਸਕਦੇ ਨੇ। ਥੈਂਕ ਯੂ ਸੋ ਮਚ ਸਭ ਦਾ, ਬਹੁਤ ਬਹੁਤ ਧੰਨਵਾਦ ਜੀ। ਬਾਏ ਬਾਏ, ਟੇਕ ਕੇਅਰ, ਗੁੱਡ ਨਾਈਟ, ਸਵੀਟ ਡ੍ਰੀਮਸ, ਥੈਂਕ ਯੂ ਅਗੇਨ ਜੀ।